पंजाब तो पंजाबियों तक हरमन रेडियो नूं प्यार सत्कार दे रहे सारी सजना मित्रा प्यारिया नूं तुहाडे अपने जगदीप जोगे वल्लों प्यार भरी सत श्री अकाल प्रवान होवे। जिस तरह के सारे दुनिया च बैठे साडे मित्रा प्यारिया नूं उड़ीक है कि अज दे मेहमान कौन ने, सो तुहाडी उड़ीक दीआं घड़ियां बिल्कुल खत्म कर लग्गे जी। अज स्टूडियो विच तसरीफ फरमा हो चुके ने जी, ETC ते तुसी पंजाबी सीरियल वेख्या अखियां तो दूर जाइना, ते उस बहुत ही मशहूर पापूलर अते बड़े ही प्यारे खूबसूरत जिहड़ा तुसी ETC पंजाबी ते देखिया जी अखियां तो दूर जाइना सीरियल, उहदे दो करैक्टर ने जी, इक करनैल सिंह ते इक करैक्टर है जगतार सिंह, जिन्हां दी बड़ी वड्डी दोस्ती है जां पंजाबी च कहिंदे बड़ी पक्की आड़ी है। सो अज दोने जुंडी दे यार ने जिहड़े साडे स्टूडियो च पहुंच चुके ने। सो सब तो पहला मैं जी आया कहना जी, जिन्हां ने करैक्टर करनैल सिंह कीता सी नवदीप कलेर जी, नवदीप कलेर जी हार्दिक स्वागत जी, सत श्री अकाल। सत श्री अकाल जी। सब तो पहला मैं हरमन रेडियो सुनने वाले सारे दर्शकों का तहे दिलों धन्नवाद करदांगा जी, ते थोड़ा भी बई धन्नवाद जो तुसीं सानूं इत्थे अपने हरमन रेडियो ते बुलाया। शुक्रिया जी, मेहरबानी। सो अगले करैक्टर ने जी जगतार, उन्हां दा पूरा नाम है जी संजीव राय। सो संजीव राय साहब हार्दिक स्वागत जी आयां नूं, सत श्री अकाल। सत श्री अकाल जी। हरमन रेडियो दे सारे स्रोतियां नूं, देशां विदेशां विच बैठे सारे स्रोतन मेरे वालों सत श्री अकाल जी। जी सो नवदीप सिंह जी कलेर ते संजीव राय, जिहड़ा बहुत ही मशहूर होया सीरियल अखियां तो दूर जाइना, उहदे वास्ते उहदी गल्लबात जिहड़ी आपां फिर करां, क्योंकि तकरीबन मोस्टली पूरी दुनिया च जिहड़ा सीरियल बड़े प्यार नाल वेख्या गया, माणिया गया। सो सब तो पहला नवदीप कलेर जी, तुसीं दसो कि साडे श्रोतियां दी इह मंग हुंदी आ कि जिहड़े सज्जण असीं गल्लबात कर रहे हां पता होवे वी उह किहड़ी धरती नूं, किहड़े पिंड नूं, किहड़े शहर नूं बिलोंग करदे, तुसीं दसो। ਹਾਂਜੀ ਹਾਂ, ਇਹ ਤਾਂ ਜ਼ਰੂਰ, ਕਿਉਂਕਿ ਆਪਣੇ ਪਿੰਡਾਂ ਦੀ ਮਿੱਟੀ ਦੀ ਮਹਿਕ ਹਰ ਬੰਦੇ ਨੂੰ ਹੁੰਦਾ ਵੀ ਉਹ ਕੋਈ ਵੀ ਬੰਦਾ ਕਿੱਥੋਂ ਹੈਗਾ ਜੀ, ਸਾਂਝ ਹੁੰਦੀ ਹੈ ਹਰ ਬੰਦੇ ਦੀ ਜੀ। ਮੈਂ ਧੂਰੀ ਤੋਂ ਬਿਲੋਂਗ ਕਰਦਾ ਜੀ ਜੀ, ਤੇ ਧੂਰੀ ਸ਼ਹਿਰ ਤੋਂ ਮੈਂ ਰਹਿਣ ਵਾਲਾ ਗਾ, ਹੁਣ ਮੈਂ ਪਟਿਆਲਾ ਹੀ ਰਹਿੰਦਾ ਗਾ ਜੀ, ਤੇ ਮੈਨੂੰ ਮੇਰੀ ਫੈਮਿਲੀ ਸਾਰੀ ਧੂਰੀ ਰਹਿੰਦੀ ਹੈਗੀ ਜੀ। ਇਹ ਜਿਹੜੀ ਚਿੱਟਕ ਹੈ ਸ਼ੁਰੂਆਤ ਅਦਾਕਾਰੀ ਦੀ ਜੀ, ਇਹ ਤੁਹਾਨੂੰ ਕਿੱਥੋਂ ਲੱਗੀ? ਇਹ ਜੀ ਮੈਨੂੰ, ਮੈਂ ਜਦੋਂ ਕਾਲਜ ਟਾਈਮ ਸੀਗਾ, ਮੈਂ ਪਲੇ ਕਰਦਾ ਸੀ ਉੱਥੇ, ਥੀਏਟਰ ਕਰਦਾ ਹੁੰਦਾ ਸੀ ਜੀ, ਤਾਂ ਉਸ ਟਾਈਮ ਤੋਂ ਸਾਡੇ ਸਰ ਸੀਗੇ ਪੰਜਾਬੀ ਦੇ ਮਲਕੀਤ ਖਟੜਾ ਜੀ, ਉਹਨਾਂ ਨੇ ਮੈਨੂੰ ਕਿਹਾ ਸੀ ਵੀ ਤੂੰ ਅੱਛਾ ਅਦਾਕਾਰ ਹੈ ਜੀ, ਵੀ ਥੀਏਟਰ ਲਾਈਨ ਦੇ ਨਾਲ ਤੂੰ ਜੁੜੀਆਂ ਜੋ ਵੀ ਗਤੀਵਿਧੀਆਂ ਨੇ ਉਹਨਾਂ ਦੇ ਵਿੱਚ ਪਾਰਟੀਸਪੇਟ ਕਰੇਗਾ ਜੀ, ਤਾਂ ਮੈਨੂੰ ਉਸ ਟਾਈਮ ਤੋਂ ਫਿਰ ਮੈਂ ਇਸ ਲਾਈਨ ਦੇ ਵਿੱਚ ਆ ਗਿਆ ਸੀਗਾ ਜੀ। ਮਤਲਬ ਕਹਿ ਲਈਏ ਕਿ ਇੱਕ ਹੀਰੇ ਨੂੰ ਜਿਹੜੀ ਪੋਲਿਸ਼ ਕਰਨ ਵਾਲੇ ਸਤਿਕਾਰ ਸੱਜਣ ਨੇ ਤੁਹਾਡੇ ਉਸਤਾਦ ਗੁਰੂ ਦੇਵ, ਜਿਹੜੇ ਉਂਗਲ ਫੜ ਕੇ ਇਸ ਲਾਈਨ ਲਾ, ਹਾਂਜੀ ਕਹਿ ਸਕਦੇ ਹੋ, ਉਹਨਾਂ ਸੱਜਣਾ ਤੁਸੀਂ ਕਿੰਨਾ ਕਿੰਨਾ ਦਾ ਜ਼ਿਕਰ ਕਰਨਾ ਚਾਹੋਗੇ? ਉਹਨਾਂ ਚ ਮੈਂ ਜ਼ਿਕਰ ਕਰਨਾ ਚਾਹੂੰਗਾ, ਸਭ ਤੋਂ ਪਹਿਲਾਂ ਮੈਂ ਦੱਸਣਾ ਜੀ ਤੁਹਾਨੂੰ, ਮੈਂ ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜੀ ਥੀਏਟਰ ਐਂਡ ਟੈਲੀਵਿਜ਼ਨ ਦੀ MA ਕੀਤੀ ਹੋਈ ਹੈ ਜੀ, ਤੇ ਸਭ ਤੋਂ ਵੱਡਾ ਯੋਗਦਾਨ ਤਾਂ ਸਾਡੇ ਡਿਪਾਰਟਮੈਂਟ ਦਾ ਜੀ, ਕਿਉਂਕਿ ਉਹਨਾਂ ਨੇ ਉੱਥੋਂ ਹੀ ਮੈਂ ਸਾਰਾ ਕੁਝ ਸਿੱਖਿਆਗਾ ਜੀ, ਤੇ ਉਸ ਦੇ ਵਿੱਚ ਸਾਡੇ ਸਾਰੇ ਟੀਚਰ ਸਾਹਿਬਾਨ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਿਖਾਇਆ ਜੀ, ਸਾਡੇ ਲੱਖਾ ਲਹਿਰੀ ਜੀ ਜੀ, ਤੇ ਹੋਰ ਸਾਡੇ ਸਾਰੇ, ਮੈਂ ਇਕੱਲੇ ਇਕੱਲੇ ਦਾ ਨਾਂ ਲਾਉਂਗਾ ਤਾਂ ਉਹੀ ਗੱਲ ਹੈ ਵੀ ਇੱਕ ਲੰਬੀ ਲਿਸਟ ਬਣ ਜਾਏਗੀ, ਇਹਦੇ ਵਿੱਚ ਬਹੁਤ ਨਾਮ ਸ਼ਾਮਿਲ ਹੈ ਜੀ ਜੀ। ਸੋ ਸੰਜੀਵ ਰਾਜ ਜੀ, ਹਾਂਜੀ, ਤੁਸੀਂ ਕਿਹੜੇ ਪਿੰਡ, ਕਿਹੜੀ ਧਰਤੀ ਨੂੰ ਬਿਲੋਂਗ ਕਰਦੇ ਹੋ? ਮੇਰਾ ਪਿੰਡ ਹੈ ਜੀ ਜ਼ਿਲ੍ਹਾ ਲੁਧਿਆਣਾ, ਤਹਿਸੀਲ ਸਮਰਾਲਾ ਦੇ ਨੇੜੇ ਪਿੰਡ, 5 ਕਿਲੋਮੀਟਰ ਤੇ ਖਟਰਾ ਪਿੰਡ ਜੀ, ਤੇ ਖਟਰਾ ਪਿੰਡ ਤੋਂ ਜੀ ਮੈਂ ਜੀ। ਤੇ ਤੁਹਾਨੂੰ ਜਿਹੜੀ ਚਿੱਟ ਕੇ ਇਹ ਅਦਾਕਾਰੀ ਦੀ ਕਦੋਂ ਲੱਗੀ? ਮੈਨੂੰ ਬਚਪਨ ਵਿੱਚ ਬੜਾ ਸ਼ੌਕ ਹੁੰਦਾ ਸੀ ਕਿ ਜਦੋਂ TV ਤੇ ਕੋਈ ਪ੍ਰੋਗਰਾਮ ਦੇਖਣਾ, ਵੀ ਜਦੋਂ ਪਿੰਡ ਵਿੱਚ ਰਹਿੰਦੇ ਹੁੰਦੇ ਸੀ ਵੀ ਕਦੇ ਸਾਨੂੰ ਵੀ ਐਸਾ ਮੌਕਾ ਮਿਲੇ ਜੀ। ਗੁਰਸ਼ਰਨ ਭਾਜੀ ਦਾ ਨਾਟਕ ਸੀ ਟੋਆ, ਮੈਂ ਉਹ ਦੇਖਿਆ, ਮੈਨੂੰ ਬੜਾ ਲੱਗਿਆ ਵੀ ਅਗਰ ਵੀ ਸਾਨੂੰ ਕੋਈ ਐਸਾ ਮੌਕਾ ਮਿਲੇ ਜੀ, ਸਾਨੂੰ ਕੋਈ ਐਸਾ ਮਤਲਬ ਕੋਈ ਸੇਧ ਦੇਣ ਵਾਸਤੇ ਕੋਈ ਮਿਲੇ ਜੀ, ਤਾਂ ਪਿੰਡ ਵਿੱਚ ਫਿਰ ਤੁਹਾਨੂੰ ਪਤਾ ਵੀ ਉੱਥੇ ਕੋਈ ਐਸਾ ਹੁੰਦਾ ਨੀ ਮਾਹੌਲ, ਤੇ ਫਿਰ 92 ਦੇ ਵਿੱਚ ਮੈਂ ਪਟਿਆਲੇ ਇੱਥੇ ਆਇਆ ਜੀ, ਕਲਾਲ ਸਕੂਲ ਤੋਂ ਮੈਂ ਮੈਟ੍ਰਿਕ ਕੀਤੀ ਮੇਰੇ ਪਿੰਡ ਦੇ ਨੇੜੇ, ਫਿਰ ਮੈਂ ਇੱਥੇ ਪਟਿਆਲੇ ਆਇਆ, ਪਟਿਆਲੇ ਆ ਕੇ ਫਿਰ ਮੇਰੀ ਸਭ ਤੋਂ ਜਿਹੜੀ ਪਹਿਲੀ ਮੁਲਾਕਾਤ ਸੀ ਉਹ ਸੋਮ ਸਹੋਤਾ ਜੀ ਨਾਲ ਜੀ, ਔਰ ਇੱਕ ਬਹੁਤ ਹੀ ਅੱਛੇ ਰਾਈਟਰ ਨੇ ਭੋਲਾ ਬਲਵੀਰ ਜੀ ਜੀ, ਉਹਨਾਂ ਮੁਲਾਕਾਤ ਹੋਈ ਤੇ ਫਿਰ ਉਹਨਾਂ ਦੇ ਨਾਲ ਮੈਂ ਥੀਏਟਰ ਸ਼ੁਰੂ ਕੀਤਾ ਇੱਥੇ ਪਟਿਆਲੇ ਦੇ ਵਿੱਚ ਆ ਕੇ ਜੀ। ਸੋ ਉਹ ਮੇਰਾ ਸ਼ੁਰੂਆਤੀ ਟਾਈਮ ਸੀ, ਉਸ ਤੋਂ ਬਾਅਦ ਫਿਰ ਜਿਉਂ ਹੀ ਜਿਉਂ ਮਤਲਬ ਕਿ ਅਸੀਂ ਵੱਧਦੇ ਗਏ ਤਾਂ ਫਿਰ ਪਟਿਆਲੇ ਦੇ ਜਿਹੜੇ ਵਿੱਚ ਹੋਰ ਬਹੁਤ ਹੀ ਅੱਛੇ ਰੰਗਕਰਮੀ ਨੇ ਜੀ, ਸਾਡੇ ਉਸਤਾਦ ਜੀ ਰਜੇਸ਼ ਸ਼ਰਮਾ ਜੀ, ਉਹਨਾਂ ਨਾਲ ਮੁਲਾਕਾਤ ਹੋਈ ਜੀ। ਬਸ ਇਸੇ ਤਰ੍ਹਾਂ ਹੀ ਹੋਰ ਪਟਿਆਲੇ ਦੇ ਵਿੱਚ ਬਹੁਤ ਅੱਛੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨਾਲ ਮੈਂ ਥੀਏਟਰ ਕੀਤਾ ਜੀ, ਤੇ ਹੁਣ ਵੀ ਥੀਏਟਰ ਕਰ ਰਹੇ ਹਾਂ ਜੀ। ਤੇ ਇਹ ਜਿਹੜਾ ਸੀਰੀਅਲ ਸੀ ਨਵਦੀਪ ਕਲੇਰ ਜੀ ਅੱਖੀਆਂ ਤੋਂ ਦੂਰ ਜਾਈਨਾ, ਹਾਂਜੀ, ਇਸ ਤੋਂ ਪਹਿਲਾਂ
ਤੁਸੀਂ ਹੋਰ ਕਿਹੜੇ ਕਿਹੜੇ ਸੀਰੀਅਲ ਚ ਕੰਮ ਕੀਤਾ ਜਾਂ ਥੀਏਟਰ ਦੇ ਕਿਹੜੇ ਕਿਹੜੇ ਤੁਸੀਂ ਨਾਟਕ ਵਗੈਰਾ ਕੀਤੇ ਆ? ਇਸ ਤੋਂ ਪਹਿਲਾਂ ਜੀ ਮੈਂ ਥੀਏਟਰ ਲਾਈਨ ਨਾਲ ਜੁੜਿਆ ਹੋਇਆ ਸੀਗਾ ਕਿਉਂਕਿ ਡਿਪਾਰਟਮੈਂਟ ਤੋਂ ਮੈਂ ਕਾਫੀ ਪਲੇਸ ਕੀਤੇ ਨੇਗੇ। ਵੈਸੇ ਮੇਰਾ ਮੈਗਾ ਪ੍ਰੋਜੈਕਟ ਕਹਿ ਲਓ, ਯਾਨੀ ਕਿ ਮੇਰਾ ਸੁਪਨਾ ਸੀਗਾ ਕਿ ਮੈਂ ਜਦੋਂ ਵੀ ਕੰਮ ਕਰਾਂ, ਟੀਵੀ ਤੇ ਆਵਾਂ ਜਾਂ ਫਿਲਮ ਲਾਈਨ ਚ ਆਵਾਂ, ਤਾਂ ਮੈਂ ਕੋਈ ਅੱਛਾ ਕਰੈਕਟਰ ਕਰਾਂ ਜਿਹਨੂੰ ਸਾਰੇ ਲੋਕ ਪਸੰਦ ਕਰਨ, ਤੇ ਉਹ ਮੇਰਾ ਸੁਪਨਾ ਯਾਨੀ ਕਿ ਅੱਖੀਆਂ ਤੋਂ ਦੂਰ ਜਾਈਨਾਂ ਨੇ ਪੂਰਾ ਕੀਤਾ। ਮਤਲਬ ਨਵਦੀਪ ਕਲੇਰ ਤੋਂ ਕਰਨੈਲ ਸੋ ਬਣ ਕੇ। ਹਾਂ, ਇਹ ਵੀ ਤੁਹਾਨੂੰ ਮੈਂ ਦੱਸਣਾ ਚਾਹੂੰਗਾ ਕਿ ਹੁਣ ਜਦੋਂ ਕਿਤੇ ਜਾਂਦੇ ਹਾਂ ਜਾਂ ਕਿਤੇ ਕੋਈ ਮਿਲ ਜਾਂਦਾ ਹੈਗਾ ਸਾਨੂੰ ਸਾਡੇ ਸੀਰੀਅਲ ਦਾ ਚਾਹਵਾਨ, ਤਾਂ ਉਹ ਮੈਨੂੰ ਕਰਨੈਲ ਕਹਿ ਕੇ ਬੁਲਾਉਂਦਾ ਹੈਗਾ। ਖੁਸ਼ੀ ਹੁੰਦੀ ਹੈਗੀ ਕਿਉਂਕਿ ਉਹਨਾਂ ਨੇ ਸੀਰੀਅਲ ਦੇ ਵਿੱਚ ਸਾਨੂੰ ਪਸੰਦ ਕੀਤਾ, ਤਾਂ ਕਰਕੇ ਉਹੀ ਕਰਨੈਲ ਕਹਿੰਦੇ ਨੇਗੇ ਜੀ। ਸੰਜੀਵ ਰਾਏ ਜੀ, ਕਿ ਇਸ ਕਰੈਕਟਰ ਤੋਂ ਪਹਿਲਾਂ ਅੱਖੀਆਂ ਤੋਂ ਦੂਰ ਜਾਈ ਨਾ ਤੋਂ ਪਹਿਲਾਂ ਤੁਸੀਂ ਕਿਹੜੇ ਕਿਹੜੇ ਸੀਰੀਅਲ ਵਗੈਰਾ ਕੀਤੇ ਜਾਂ ਨਾਟਕ ਵਗੈਰਾ ਕੀਤੇ? ਮੈਂ ਸਭ ਤੋਂ ਪਹਿਲਾਂ ਇੱਕ ਟੈਲੀਫਿਲਮ ਕੀਤੀ ਸੀ, ਉਡੀਕ ਜੀ। ਉਸ ਤੋਂ ਬਾਅਦ ਭਗਵੰਤ ਮਾਨ ਜੀ ਨਾਲ ਜੁਗਨੂ ਮਸਤ ਮਸਤ, ਉਹਦੇ ਕਾਫੀ ਸਾਰੇ ਐਪੀਸੋਡ ਦੇ ਵਿੱਚ ਕੰਮ ਕੀਤਾ, ਉਹਨਾਂ ਦੇ ਨਾਲ ਮੈਂ ਥੀਏਟਰ ਵੀ ਕੀਤਾ ਜੀ। ਤੇ ਫਿਰ ਮੇਰੀ ਜਿਹੜੀ ਮੁਲਾਕਾਤ ਆ ਉਹ ਸਾਡੇ ਅੱਖੀਆਂ ਤੋਂ ਦੂਰ ਜਾਈਨਾਂ ਦੇ ਜਿਹੜੇ ਡਾਇਰੈਕਟਰ ਨੇ ਗੁਰਬੀਰ ਗਰੇਵਾਲ ਜੀ, ਉਹਨਾਂ ਨਾਲ ਮੁਲਾਕਾਤ ਹੋਈ ਉੱਨੀ ਸੌ ਨੜਿਨਵੇਂ ਦੇ ਵਿੱਚ। ਉਹਨਾਂ ਨੇ ਇੱਕ ਸੀਰੀਅਲ ਕੀਤਾ ਸੀ ਪਰਛਾਵੇਂ ਜੀ, ਸੋ ਮੇਰਾ ਪਹਿਲਾ ਸੀਰੀਅਲ ਸੀ ਜਿਹਦੇ ਵਿੱਚ ਮੈਂ ਕੰਮ ਕੀਤਾ ਸੀ। ਉਸ ਤੋਂ ਬਾਅਦ ਉਹਨਾਂ ਨੇ 2004 ਦੇ ਵਿੱਚ ਪੰਜਾਬੀ ਫੀਚਰ ਫਿਲਮ ਮੰਨਤ ਕੀਤੀ ਸੀ ਜੀ, ਤੇ ਇੱਕ ਮੈਂ ਮੰਨਤ ਦੇ ਵਿੱਚ ਵੀ ਮੇਰੀ ਇੱਕ ਛੋਟੀ ਜਿਹੀ ਭੂਮਿਕਾ ਸੀ ਜੀ। ਸੋ ਉਸ ਤੋਂ ਬਾਅਦ ਫਿਰ ਗਰੇਵਾਲ ਸਾਹਿਬ ਨਾਲ ਅਸੀਂ ਅੱਖੀਆਂ ਤੋਂ ਦੂਰ ਜਾਈ ਨਾ ਪੰਜਾਬੀ ਸੀਰੀਅਲ ਨੂੰ, ਜਿਹੜੇ ਬਹੁਤ ਹੀ ਮਤਲਬ ਦੁਨੀਆਂ ਚ ਹਰ ਥਾਂ ਜਿੱਥੇ ਪੰਜਾਬੀ ਬੈਠੇ ਨੇ ਉਹਨਾਂ ਨੇ ਸਾਨੂੰ ਬਹੁਤ ਪਿਆਰ ਦਿੱਤਾ ਉਸ ਸੀਰੀਅਲ ਦੇ ਥਰੂ ਜੀ। ਸੋ ਤੁਹਾਡੀ ਨਵਦੀਪ ਕਲੇਰ ਜੀ, ਇਸ ਸੀਰੀਅਲ ਨਾਲ ਕਿੱਦਾਂ ਜੁੜੇ ਤੁਸੀਂ? ਇਹ ਬੜੀ ਦਿਲਚਸਪ ਗੱਲ ਹੈ ਜੀ, ਮੈਂ ਜ਼ਰੂਰ ਸ਼ੇਅਰ ਕਰਨੀ ਚਾਹੂੰਗਾ ਦਰਸ਼ਕਾਂ ਨਾਲ ਜੀ। ਮੈਂ ਯੂਨੀਵਰਸਿਟੀ ਕੈਂਪਸ ਦੇ ਵਿੱਚ ਮੈਂ ਸੀ, ਇੱਥੇ ਤੁਹਾਨੂੰ ਦੱਸਿਆ ਮੈਂ ਮਾਸਟਰ ਡਿਗਰੀ ਕੀਤੀ ਹੈ ਜੀ। ਪਾਸ ਆਊਟ ਹੋਣ ਤੋਂ ਬਾਅਦ ਮੈਂ ਇੱਥੇ ਕੋਈ ਆਪਣਾ ਪਰਸਨਲੀ ਕੰਮ ਸੀਗਾ ਆਇਆ, ਤੇ ਮੈਨੂੰ ਲੱਖਾ ਲਹਿਰੀ ਜੀ ਮਿਲੇ ਜੀ। ਮੈਂ ਘਰ ਵਾਪਸ ਆ ਰਿਹਾ ਸੀਗਾ ਆਪਣੇ ਯੂਨੀਵਰਸਿਟੀ ਤੋਂ, ਰਸਤੇ ਚ ਮੈਨੂੰ ਮਿਲੇ, ਉਹ ਕਹਿੰਦੇ ਵੀ ਇੱਥੇ ਗੁਰਬੀਰ ਗਰੇਵਾਲ ਜੀ ਆਏ ਹੋਏ ਨੇ, ਇੱਕ ਸੀਰੀਅਲ ਬਣਾ ਰਹੇ ਨੇ, ਵੀ ਤੂੰ ਉਹਨਾਂ ਨੂੰ ਮਿਲ ਜੀ। ਜਿਵੇਂ ਪਰਮਾਤਮਾ ਨੇ ਜੋ ਕਰਨਾ ਹੁੰਦਾ ਗਾ ਸਹੀ ਕਰਨਾ ਹੁੰਦਾ। ਮੈਂ ਉਹਨਾਂ ਨੂੰ ਕਿਹਾ ਵੀ ਨਹੀਂ ਜੀ ਮੈਂ ਘਰ ਜਾਣਾ, ਮੈਨੂੰ ਜ਼ਰੂਰੀ ਕੰਮ ਆ ਕੋਈ। ਉਹ ਕਹਿੰਦੇ ਨਹੀਂ ਤੂੰ ਮੇਰੇ ਨਾਲ ਗੱਡੀ 'ਚ ਬੈਠਾ, ਅੱਜ ਆਪਾਂ ਚੱਲੀਏ, ਤੇ ਉਹ ਮੈਨੂੰ ਲੈ ਗਏ ਉੱਥੇ। ਤੇ ਜਦੋਂ ਮੈਂ ਰੂਮ ਦੇ ਵਿੱਚ ਐਂਟਰ ਹੋਇਆ ਜਿੱਥੇ ਸਰ ਸੀ, ਤਾਂ ਮੈਂ ਜਦੋਂ ਐਂਟਰੀ ਕੀਤੀ ਹੈ ਸਾਹਮਣੇ ਗੁਰਬੀਰ ਗਰੇਵਾਲ ਜੀ ਬੈਠੇ ਸੀ, ਨਾਲ ਉਹਨਾਂ ਦੀ ਮਿਸਿਜ ਮੈਡਮ ਗਰੇਵਾਲ ਬੈਠੇ ਸੀ, ਤਾਂ ਉਹਨਾਂ ਨੇ ਮੈਨੂੰ ਦੇਖਣ ਸਾਰ ਹੀ ਕਿਹਾ ਕਹਿੰਦੇ ਕਰਨੈਲ ਆ ਗਿਆ ਜੀ। ਤੇ ਮੈਂ ਪਰ ਇਸ ਚੀਜ਼ ਤੋਂ ਜਾਣੂ ਨਹੀਂ ਸੀਗਾ ਵੀ ਕੀ ਹੈ ਸ਼ਬਦ ਉਹਨਾਂ ਨੇ ਕਿਹਾ ਹੈਗਾ, ਬਟ ਫਿਰ ਅੱਗੇ ਜਾ ਕੇ ਮੈਨੂੰ ਪਤਾ ਲੱਗਿਆ ਵੀ ਇਹ ਕਰਨੈਲ ਕੌਣ ਹੈ ਕੀ ਹੈ ਇਹ, ਤਾਂ ਮੈਂ ਇਸ ਤਰ੍ਹਾਂ ਇਸ ਸੀਰੀਅਲ ਦੇ ਨਾਲ ਜੁੜਿਆ। ਇੱਕ ਵਧੀਆ ਘਟਨਾ ਮੇਰੇ ਜੀਵਨ ਦੀ ਸੀਗੀ ਉਹ, ਜੋ ਮੈਨੂੰ ਉੱਥੋਂ ਸਰ ਫੜ ਕੇ ਬਾਂਹ ਮੇਰੀ ਉੱਧਰ ਨੂੰ ਲੈ ਗਏ ਜੀ। ਹੁਣ ਮੈਂ ਸੰਜੀਵ ਰਾਏ ਤੁਹਾਨੂੰ ਪੁੱਛਣਾ, ਤੁਹਾਡੀ ਕਿਸ ਤਰ੍ਹਾਂ ਹਾਜ਼ਰੀ ਹੋਈ ਇਸ ਸੀਰੀਅਲ ਦੇ ਵਿੱਚ, ਕਿਸ ਤਰ੍ਹਾਂ ਪਹੁੰਚ ਹੋਈ? ਸਭ ਤੋਂ ਪਹਿਲਾਂ ਦੇਖੀਏ ਕਿ ਮੈਨੂੰ ਗਰੇਵਾਲ ਸਾਹਿਬ ਬਹੁਤ ਚੰਗੀ ਤਰ੍ਹਾਂ ਜਾਣਦੇ ਸੀ, ਉਸ ਤੋਂ ਪਹਿਲਾਂ ਮੈਂ ਉਹਨਾਂ ਨਾਲ ਕੰਮ ਕਰ ਚੁੱਕਿਆ ਸੀ, ਲੇਕਿਨ ਜਿਹੜਾ ਪਹਿਲਾਂ ਕੰਮ ਕੀਤਾ ਸੀ ਉਹਨਾਂ ਦੇ ਨਾਲ ਮੈਂ, ਉਹ ਕੋਈ ਐਡਾ ਮਤਲਬ ਪਹਿਚਾਣ ਵਾਲਾ ਕੰਮ ਨਹੀਂ ਸੀ ਜੀ, ਹਾਜ਼ਰੀਆਂ ਸੀ। ਹਾਂਜੀ, ਹਾਜ਼ਰੀਆਂ ਸੀ ਜੀ। ਸੋ ਮੈਂ ਵੀ ਬਸ ਇਹ ਸੀ ਵੀ ਹੁਣ ਬਹੁਤ ਅਸੀਂ, ਕਿਉਂਕਿ ਇਸ ਤੋਂ ਪਹਿਲਾਂ ਮੈਂ ਕਈ ਆਡੀਸ਼ਨ ਵਗੈਰਾ ਦਿੱਤੇ, ਉਹ ਕੁਛ ਨਹੀਂ ਮਤਲਬ ਕਿ ਜਿਹੜਾ ਰਿਸਪੌਂਸ ਸੀ ਉਹ ਨਹੀਂ ਮਿਲਿਆ ਜੀ, ਪਰ ਗਰੇਵਾਲ ਸਾਹਿਬ ਉਹਨਾਂ ਦੀ ਜਿਹੜੀ ਅੱਖ ਸੀ ਨਾ, ਉਹਨਾਂ ਨੇ ਮੈਨੂੰ ਪਹਿਚਾਣਿਆ ਹੋਇਆ ਸੀ ਜੀ। ਸੋ ਮੈਨੂੰ ਫੋਨ ਆਇਆ ਸਵੇਰੇ ਸਵੇਰੇ, ਕਹਿੰਦੇ ਵੀ ਗਰੇਵਾਲ ਸਾਹਿਬ ਹੁਣੀ ਆਏ ਨੇ, ਉਹਨਾਂ ਨੇ ਇੱਕ ਪੰਜਾਬੀ ਸੀਰੀਅਲ ਕਰਨਾ ਯੂਨੀਵਰਸਿਟੀ ਦੇ ਵਿੱਚ ਨੇ। ਹਾਂਜੀ, ਤੇ ਮੈਂ ਫਿਰ ਯੂਨੀਵਰਸਿਟੀ ਦੇ ਵਿੱਚ ਪਹੁੰਚਿਆ, ਜਿਵੇਂ ਨਵਦੀਪ ਨੇ ਦੱਸਿਆ ਕਿ ਇਹਨਾਂ ਨੂੰ ਮੈਡਮ ਨੇ, ਮੈਂ ਜਦੋਂ ਮੈਂ ਰੂਮ ਚ ਐਂਟਰ ਕੀਤਾ, ਸੋ ਮੈਡਮ ਮਨਪ੍ਰੀਤ ਗਰੇਵਾਲ ਜੀ ਮੈਨੂੰ ਕਹਿੰਦੇ ਲੈ ਵੀ ਜਗਤਾਰ ਆ ਗਿਆ, ਸੇਮ ਇਸੇ ਤਰ੍ਹਾਂ ਹੀ ਮੇਰੇ ਨਾਲ ਹੋਇਆ, ਕਹਿੰਦੇ ਜਗਤਾਰ ਆ ਗਿਆ। ਸੋ ਗਰੇਵਾਲ ਸਾਹਿਬ ਕਹਿੰਦੇ ਬਸ ਤੁਸੀਂ ਤਿਆਰ ਰਹੋ ਜੀ, ਆਪਾਂ ਇੱਕ ਅੱਛਾ ਪੰਜਾਬੀ ਸੀਰੀਅਲ ਸ਼ੁਰੂ ਕਰਨਾ ਜੀ। ਮਤਲਬ ਪਰ ਇਹ ਵੀ ਗੱਲ ਜ਼ਰੂਰ ਹੈ, ਸਾਡਾ ਬਕਾਇਦਾ ਆਡੀਸ਼ਨ ਹੋਇਆ ਸੀਗਾ ਜੀ, ਆਡੀਸ਼ਨ ਅਸੀਂ ਦੋਨਾਂ ਨੇ ਦਿੱਤਾ ਸੀਗਾ ਜੀ, ਤੇ ਉਸ ਤੋਂ ਬਾਅਦ ਹੀ ਉਹਨਾਂ ਨੇ ਸਾਨੂੰ ਪ੍ਰੋਪਰ ਮਤਲਬ ਇਹ ਕਰੈਕਟਰ ਸਾਨੂੰ ਦਿੱਤੇ ਸੀ। ਮਤਲਬ ਜਿਹੜੀ ਉਹਨਾਂ ਨੂੰ ਦਿੱਖ ਚਾਹੀਦੀ ਸੀ, ਹਾਂਜੀ, ਜੋ ਕਰੈਕਟਰ ਉਹਨਾਂ ਨੂੰ ਸੂਟੇਬਲ ਚਾਹੀਦਾ ਸੀ ਵੀ ਇਹ ਬੰਦਾ ਵਧੀਆ ਕਰ ਸਕਦਾ, ਉਹ ਤੁਹਾਡੀਆਂ ਬਾਡੀਆਂ ਤੋਂ ਸੁਖਰਾ ਉਹਨਾਂ ਨੂੰ ਪਤਾ ਲੱਗ ਗਿਆ ਸੀ, ਇਹ ਆਪਾਂ ਕਹਿ ਸਕਦੇ ਹਾਂ ਬਿਲਕੁਲ। ਸੋ ਭਾਜੀ ਹੁਣ ਸਭ ਤੋਂ ਪਹਿਲਾਂ ਨਵਦੀਪ ਜੀ ਤੁਸੀਂ ਦੱਸੋ ਕਿ ਕਰਨੈਲ ਸਿੰਘ ਦਾ ਕਰੈਕਟਰ ਤੁਹਾਨੂੰ ਪਤਾ ਲੱਗਿਆ ਕਿ ਤੁਹਾਡੇ ਆਉਣ ਸਾਰ ਉਹਨਾਂ ਨੇ ਤੁਹਾਨੂੰ ਦੇਖਿਆ ਵੀ ਆਪਾਂ ਨੂੰ ਆਹ ਕਰੈਕਟਰ ਚਾਹੀਦਾ, ਕਿਉਂਕਿ ਪਹਿਲਾ ਪਿਕਚਰ ਹੈ ਜਿਹੜੀ ਪ੍ਰੋਡਿਊਸਰ ਦੇ ਦਿਮਾਗ 'ਚ ਹੁੰਦੀ ਹੈ, ਉਹ ਇਸ ਦੀ ਫਿਰ ਕਿਸ ਤਰ੍ਹਾਂ ਚੋਣ ਹੋਈ ਤੁਸੀਂ ਡਿਟੇਲ 'ਚ ਜ਼ਿਆਦਾ ਦੱਸੋ? ਇਹ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਐਂਟਰ ਹੋਇਆ, ਮਨਪ੍ਰੀਤ ਮੈਡਮ ਨੇ ਕਿਹਾ ਵੀ ਕਰਨੈਲ ਆ ਗਿਆ ਜੀ, ਤੇ ਮੈਨੂੰ ਥੋੜਾ ਜਿਹਾ ਇਹ ਹੋਇਆ ਵੀ ਸ਼ਾਇਦ ਉਹਨਾਂ ਨੂੰ ਕੋਈ ਭੁਲੇਖਾ ਲੱਗ ਗਿਆ ਜੀ, ਏਦਾਂ ਕੋਈ ਫਸਟ ਟਾਈਮ ਮਿਲ ਗਈ ਤਾਂ ਕੋਈ ਕਹੇ ਜੀ, ਲੇਕਿਨ ਗਰੇਵਾਲ ਸਾਹਿਬ ਨੇ ਮੈਨੂੰ ਕਿਹਾ ਵੀ ਆਪਣਾ ਨਾਮ ਬਾਇਓਡਾਟਾ ਸਾਰਾ ਦੇ ਦਿਓ ਮੈਨੂੰ, ਤੁਹਾਨੂੰ ਅਸੀਂ ਕਾਲ ਕਰਾਂਗੇ ਜੀ।
ਤੇ ਮੈਂ ਚਲਿਆ ਗਿਆ ਘਰ। ਉਸ ਤੋਂ ਬਾਅਦ ਆਡੀਸ਼ਨ ਹੋਇਆ ਜੀ, ਆਡੀਸ਼ਨ ਤੇ ਵੀ ਮੈਂ ਆਇਆ, ਆਡੀਸ਼ਨ ਦੇ ਕੇ ਵੀ ਮੈਂ ਘਰ ਚਲਿਆ ਗਿਆ। ਮੈਮ ਕਹਿੰਦੇ ਤੁਹਾਨੂੰ ਦੱਸਾਂਗੇ, ਤੇ ਕਾਫੀ ਦਿਨ ਨਿਕਲ ਗਏ। ਮੈਨੂੰ ਲੱਗਿਆ ਸ਼ਾਇਦ ਵੀ ਕੋਈ ਹੋਰ ਸਿਲੈਕਟ ਹੋ ਗਿਆ ਹੋਊਗਾ, ਹੁਣ ਨੀ ਦੱਸਦੇ ਜਿਹੜਾ ਫੋਨ ਨੀ ਆਇਆ ਵੀ ਸ਼ਾਇਦ ਪਹਿਲਾਂ। ਲੇਕਿਨ ਉਮੀਦ ਸੀ, ਆਸ ਸੀਗੀ ਇੱਕ, ਵੀ ਮੈਨੂੰ ਲੱਗ ਰਿਹਾ ਸੀਗਾ ਵੀ ਜਿਵੇਂ ਹੁੰਦਾ ਗਾ ਵੀ ਮੈਂ ਇਹ ਸੀਰੀਅਲ ਦੇ ਵਿੱਚ ਮੈਨੂੰ ਕਰਨੈਲ ਦਾ ਕਰੈਕਟਰ ਮਿਲੂਗਾ ਜੀ। ਬਟ ਫਿਰ ਗਰਮੀਆਂ ਦੇ ਦਿਨ ਸੀ, ਮੈਂ ਕਹਿੰਦੇ ਹੁੰਦੇ ਨੇ ਪੰਜਾਬੀਆਂ ਦਾ ਆਪਣਾ ਕਚਹਿਰੀਆਂ ਚ ਜ਼ਿਆਦਾ ਕੰਮ ਰਹਿੰਦੇ ਨੇ, ਮੈਂ ਕਚਹਿਰੀਆਂ ਚ ਕੋਈ ਕੰਮ ਬੈਠਾ ਸੀਗਾ, ਗਰਮੀ ਬਹੁਤ ਸੀ, ਤੇ ਮੈਡਮ ਦਾ ਫੋਨ ਆਇਆ ਮੈਨੂੰ ਜੀ। ਉਹ ਫੋਨ ਮੈਨੂੰ ਠੰਡੇ ਬੁੱਲੇ ਵਾਂਗ ਲੱਗਿਆ ਜੀ, ਜਦੋਂ ਉਹਨਾਂ ਨੇ ਕਿਹਾ ਵੀ ਤੂੰ ਸਾਡੇ ਸੀਰੀਅਲ ਦੇ ਵਿੱਚ ਕਰਨੈਲ ਦਾ ਪਾਤਰ ਕਰੇਗਾ, ਸਿਲੈਕਟ ਹੋ ਚੁੱਕਿਆਗਾ। ਮੈਨੂੰ ਬਹੁਤ ਖੁਸ਼ੀ ਹੋਈ ਜੀ, ਇਸ ਤਰ੍ਹਾਂ ਮੈਨੂੰ ਇਹ ਕਿਰਦਾਰ ਮਿਲਿਆ ਕਰਨ ਦੇ ਲਈ ਜੀ। ਸੋ ਸੰਜੀਵ ਰਾਏ ਜੀ, ਤੁਸੀਂ ਸੰਜੀਵ ਰਾਏ ਤੋਂ ਜਗਤਾਰ ਕਿੱਦਾਂ ਬਣੇ? ਜੋਗਾ ਜੀ, ਜਦੋਂ ਗਰੇਵਾਲ ਸਾਹਿਬ ਨੂੰ ਮੈਂ ਮਿਲਿਆ ਯੂਨੀਵਰਸਿਟੀ ਦੇ ਵਿੱਚ ਜੀ, ਤਾਂ ਮੈਡਮ ਹੁਣਾਂ ਨੇ ਮੈਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਤੂੰ ਜਗਤਾਰ ਜੀ, ਪਰ ਮੈਨੂੰ ਜਗਤਾਰ ਕੀ ਕਰੈਕਟਰ ਉਹਦੇ ਬਾਰੇ ਜ਼ਿਆਦਾ ਡਿਟੇਲ ਚ ਨਹੀਂ ਪਤਾ ਸੀ ਜੀ। ਸੋ ਮੈਨੂੰ ਸਰ ਉਹਨਾਂ ਨੇ ਕਹਿਤਾ ਸੀ ਵੀ ਤੁਸੀਂ ਇਹੀ ਕਰੈਕਟਰ ਕਰਨਾ, ਫਿਰ ਡਿਟੇਲ ਦੱਸਿਆ ਉਹਨਾਂ ਨੇ ਵੀ ਇੱਕ ਇਹ ਨੈਗੇਟਿਵ ਕਰੈਕਟਰ ਆ ਜੀ, ਔਰ ਜਿਹਦੇ ਲਈ ਸਾਨੂੰ ਮਤਲਬ ਤੇਰੇ ਜੈਸਾ ਹੀ, ਕਿਉਂਕਿ ਡਾਇਰੈਕਟਰ ਦੀ ਤਾਂ ਅੱਖ ਪਛਾਣ ਜੀ, ਉਹਨਾਂ ਨੂੰ ਸਾਰਾ ਪਤਾ ਹੁੰਦਾ, ਉਹਨਾਂ ਨੇ ਸਟੋਰੀ ਖੁਦ ਲਿਖੀ ਸੀ, ਸਾਰਾ ਪਤਾ ਉਹਨਾਂ ਨੂੰ ਜੀ ਵੀ ਕੈਸਾ ਸਾਨੂੰ ਪਾਤਰ ਚਾਹੀਦਾ ਇਹਦੇ ਵਾਸਤੇ। ਸੋ ਮੈਨੂੰ ਉਹਨਾਂ ਨੇ ਉਦੋਂ ਹੀ ਕਹਿਤਾ ਸੀ ਵੀ ਤੂੰ ਤਿਆਰੀ ਰੱਖ ਜੀ, ਫਿੱਟ ਹੋ ਥੋੜਾ ਜਿਹਾ। ਸੋ ਉਸ ਤੋਂ ਬਾਅਦ ਫਿਰ ਅਸੀਂ ਜਦੋਂ ਸ਼ੂਟਿੰਗ ਸ਼ੁਰੂ ਹੋ ਗਈ ਜੀ, ਤੇ ਫਿਰ ਸੰਜੀਵ ਤੋਂ ਜਗਤਾਰ, ਸੰਜੀਵ ਤੋਂ ਜਗਤਾਰ ਕਰਨੈਲ ਬਣ ਗਏ। ਅੱਛਾ, ਤੁਹਾਡਾ ਬੜਾ ਪਿਆਰ ਦਿਖਾਇਆ ਗਿਆ ਜੀ, ਹਾਂਜੀ, ਤੇ ਲੋਕ ਤੁਹਾਡੇ ਤੋਂ ਤੁਹਾਡੀ ਜਾਰੀ ਦੀ ਜਿਹੜੀ ਤਾਰੀਫਾਂ ਕਰਦੇ ਨੇ, ਬਿਲਕੁਲ ਕਹਿੰਦਾ ਕਿ ਏਦਾਂ ਦੀ ਦੋਸਤੀ ਹੋਣੀ ਚਾਹੀਦੀ ਸੀਰੀਅਲ ਦੀ, ਕਿੱਦਾਂ ਲੱਗਦਾ ਫਿਰ ਦੱਸੋ ਨਵਦੀਪ ਜੀ? ਬਹੁਤ ਖੁਸ਼ੀ ਹੁੰਦੀ ਹੈ ਜੀ, ਮਤਲਬ ਕਿਉਂਕਿ ਜਦੋਂ ਵੀ ਸਾਨੂੰ ਬਾਹਰ ਸਾਡੇ ਦੋਸਤ ਮਿੱਤਰ ਜਿਹੜੇ ਸੀਰੀਅਲ ਦੇਖਦੇ ਨੇ ਗੇ ਜੀ, ਫੋਨ ਕਰਦੇ ਨੇ ਤਾਂ ਉਹੀ ਗੱਲ ਕਹਿੰਦੇ ਨੇ, ਜੇ ਮੈਨੂੰ ਫੋਨ ਆਉਂਦਾ ਹੈਗਾ ਤਾਂ ਜਗਤਾਰ ਦਾ ਜ਼ਰੂਰ ਜ਼ਿਕਰ ਹੁੰਦਾ ਹੈਗਾ, ਮੈਂ ਇਹਨੂੰ ਫੋਨ ਕਰਕੇ ਦੱਸਦਾ ਵੀ ਮੇਰੀ ਏਦਾਂ ਗੱਲ ਹੋਈ ਹੈ ਵੀ ਤੇਰਾ ਜ਼ਿਕਰ ਕਰ ਰਹੇ ਸੀ ਜੀ, ਜਾਂ ਜਦੋਂ ਵੀ ਇਹਨੂੰ ਸੰਜੀਵ ਨੂੰ ਫੋਨ ਆਉਂਦਾ ਇਹ ਮੈਨੂੰ ਫੋਨ ਕਰਕੇ ਦੱਸਦਾ ਵੀ ਤੇਰੇ ਬਾਰੇ ਜ਼ਰੂਰ ਪੁੱਛ ਰਹੇ ਸੀ ਵੀ ਕਰਨੈਲ ਦਾ ਕੀ ਹਾਲ ਹੈ। ਤਾਂ ਉਹ ਦੋਸਤ ਮਿੱਤਰ ਇਹੀ ਕਹਿੰਦੇ ਨੇ ਵੀ ਤੁਹਾਡੀ ਯਾਰੀ ਸਾਨੂੰ ਬਹੁਤ ਵਧੀਆ ਲੱਗਦੀ ਹੈ ਜੀ, ਮਤਲਬ ਜਿਹਨੂੰ ਕਹਿੰਦੇ ਹੁੰਦੇ ਨੇ ਸੱਚੀ ਦੋਸਤੀ ਜੀ। ਤੇ ਉਹ ਸਾਡੀ ਇੱਕ ਗੱਲ ਹੋਰ ਤੁਹਾਨੂੰ ਦੱਸਣੀ ਚਾਹਾਂਗੇ, ਸਾਰੇ ਦੋਸਤਾਂ ਮਿੱਤਰਾਂ ਨੂੰ ਇਹੀ ਲੱਗਦਾ ਸੀਗਾ ਵੀ ਇਹ ਪਹਿਲਾਂ ਤੋਂ ਜਾਣਦੇ ਹੋਣਗੇ ਇੱਕ ਦੂਸਰੇ ਨੂੰ ਜੀ, ਪਹਿਲਾਂ ਤੋਂ ਇਹਨਾਂ ਦੀ ਗੂੜੀ ਯਾਰੀ ਹੋਊ, ਸਕੂਲ ਟਾਈਮ ਤੋਂ ਇਕੱਠੇ ਹੋਣਗੇ, ਪਰ ਸਾਡੀ ਮੁਲਾਕਾਤ ਸੈੱਟ ਤੇ ਹੋਈ ਸੀਗੀ, ਅੱਖੀਆਂ ਤੋਂ ਦੂਰ ਜਾਈਨਾਂ ਦੇ ਸੈੱਟ ਤੇ, ਉੱਥੇ ਫਸਟ ਟਾਈਮ ਅਸੀਂ ਮਿਲੇ ਸੀ ਜੀ, ਗਰੇਵਾਲ ਸਾਹਿਬ ਨੇ ਦੱਸਿਆ ਵੀ ਤੁਸੀਂ ਏਦਾਂ ਏਦਾਂ ਤੁਹਾਡੀ ਦੋਸਤੀ ਹੈ, ਲੇਕਿਨ ਜਿਵੇਂ ਹੁੰਦਾ ਪਰਮਾਤਮਾ ਨੇ ਜਿੱਥੇ ਜਿਹਨੂੰ ਮਿਲਾਉਣਾ ਹੁੰਦਾ ਗਾ ਜੀ, ਉਹ ਸੀਰੀਅਲ ਦੇ ਦੌਰਾਨ ਸਾਡੀ ਇੰਨੀ ਸਾਂਝ ਪੈ ਗਈ ਜੀ, ਬਿਲਕੁਲ, ਕਿ ਮਤਲਬ ਬਸ ਤੁਸੀਂ ਪੁੱਛੋ ਨਾ ਵੀ ਮਤਲਬ ਸਾਰੇ ਜਾਣੇ ਹੈਰਾਨ ਹੁੰਦੇ, ਸਾਰੇ ਹੱਥਦੇ ਸਰ ਵੀ ਉਹ ਕਹਿੰਦੇ ਹੁੰਦੇ ਵੀ ਯਾਰ ਤੁਸੀਂ, ਅਸੀਂ ਇੱਕੋ ਥਾਲੀ ਚ ਰੋਟੀ ਖਾਂਦੇ ਸੀ ਜੀ ਦੋਨੋਂ ਜਾਣੇ, ਸਾਨੂੰ ਮਤਲਬ ਰੋਟੀ ਸਵਾਦ ਨੀ ਲੱਗਦੀ ਸੀ, ਜਾਂ ਮਤਲਬ ਮੇਰਾ ਸੀਨ ਹੈ ਇਹਦਾ ਨਹੀਂ ਹੈ ਇਹ, ਫਿਰ ਵੀ ਮੇਰੇ ਕੋਲ ਹੁੰਦਾ ਸੀ, ਜਾਂ ਇਹਦਾ ਸੀਨ ਹੈ ਮੈਂ ਨੀ ਹੈ ਤਾਂ ਆ ਜਾਂਦਾ ਸੀ, ਮਤਲਬ ਅਸੀਂ ਇਕੱਠਿਆਂ ਨੇ ਮਤਲਬ ਇੰਨੀ ਸਾਂਝ ਹੋ ਗਈ ਵੀ ਉਹ ਸਕਰੀਨ ਦੇ ਉੱਤੇ ਵੀ ਦਿਖਦੀ ਸੀ ਫਿਰ ਸੀਰੀਅਲ ਦੇ ਵਿੱਚ। ਸੋ ਇਹਨਾਂ ਨੇ ਨਵਦੀਪ ਜੀ ਨੇ ਜਿਹੜੀ ਕਰੈਕਟਰ ਦੀ ਗੱਲ ਕੀਤੀ ਹੈ ਤੁਹਾਡੇ, ਇਹ ਕੀਤੀ ਹੈ ਸਕਰੀਨ ਦੀ ਗੱਲ, ਸਕਰੀਨ ਤੋਂ ਬਾਹਰ ਆਫਲਾਈਨ ਜਿਹਨੂੰ ਕਹਿੰਦੇ ਆਪਾਂ, ਜਾਂ ਕਹਿੰਦੇ ਘਰਾਂ ਚ ਘਰੇ ਬੈਠੇ, ਤੇ ਉਸ ਟਾਈਮ ਮਤਲਬ ਤੁਸੀਂ ਇਸ ਦੋਸਤੀ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਨਵਦੀਪ ਜੀ ਨੇ ਤੁਹਾਨੂੰ ਦੱਸਿਆ ਕਿ ਜਿਹੜੀ ਸਾਡੀ ਦੋਸਤੀ ਆ, ਸਾਡੀ ਫਸਟ ਮੁਲਾਕਾਤ ਸੀ ਸਾਡੀ ਉਹ ਅੱਖੀਆਂ ਤੋਂ ਦੂਰ ਜਾਈਨਾਂ ਦੇ ਸੈੱਟ ਤੇ ਹੋਈ ਸੀ ਜੀ, ਪਰ ਕਿਉਂਕਿ ਇਹਨਾਂ ਦਾ ਜਿਹੜਾ ਕਲਚਰ ਆ ਉਹ ਇਹ ਵੀ ਇੱਕ ਮਤਲਬ ਪਿੰਡ ਚ ਰਹੇ ਨੇ, ਇਹਨਾਂ ਨੂੰ ਸਾਰੇ ਪੇਂਡੂ ਕਲਚਰ ਦਾ ਪਤਾ ਜੀ ਵੀ ਕੀ, ਕਿਉਂਕਿ ਜਿਹੜੀ ਸ਼ਹਿਰ ਦੀ ਦੋਸਤੀ ਉਹ ਕੁਛ ਹੋਰ ਟਾਈਪ ਦੀ ਆ ਜੀ, ਪਰ ਜਿਹੜਾ ਅਗਰ ਪਿੰਡਾਂ ਦੀ ਦੋਸਤੀ ਦੀ ਗੱਲ ਕਰੀਏ ਉਹ ਮਤਲਬ ਬਹੁਤ ਗੂੜੀ ਹੁੰਦੀ ਆ, ਬਹੁਤ ਡੂੰਘੀ ਸਾਂਝ ਹੁੰਦੀ ਆ ਜੀ। ਸੋ ਸੀਰੀਅਲ ਦੇ ਸੈੱਟ ਤੇ ਸਾਡੀ ਜਿਹੜੀ ਮੁਲਾਕਾਤ ਹੋਈ, ਉਸ ਤੋਂ ਬਾਅਦ ਸਾਡੇ ਜਿਹੜੇ ਖਿਆਲਾਤ ਸੀ ਉਹੀ ਪਿੰਡਾਂ ਦੇ ਚੁਟਕਲੇ ਹਾਸਾ ਮਜ਼ਾਕ, ਉਹਦੇ ਨਾਲ ਅਸੀਂ ਇੱਕ ਦੂਜੇ ਨਾਲ ਇੰਨਾ ਜੁੜ ਗਏ ਕਿ ਉਹ ਚੀਜ਼ ਸਾਡੀ ਦੋਸਤੀ ਮਤਲਬ ਟੀਵੀ ਤੇ ਸਾਰੇ ਦਰਸ਼ਕਾਂ ਨੂੰ ਦਿਖਾਈ ਦਿੰਦੀ ਸੀ ਜੀ। ਸੋ ਜਿਵੇਂ ਨਵਦੀਪ ਜੀ ਨੇ ਦੱਸਿਆ ਕਿ ਸਾਨੂੰ ਜਿਹੜੇ ਬਾਹਰ ਸਾਡੇ ਦਰਸ਼ਕ ਜਿਹੜੇ ਸਾਨੂੰ ਸੀਰੀਅਲ ਨੂੰ ਸਾਡੇ ਨੂੰ ਪਸੰਦ ਕਰਦੇ ਸੀ, ਸਾਨੂੰ ਜਦੋਂ ਮਿਲਦੇ ਨੇ, ਮੈਨੂੰ ਜਦੋਂ ਵੀ ਕੋਈ ਮਿਲਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਬਾਈ ਜੀ ਕਰਨੈਲ ਦਾ ਕੀ ਹਾਲ ਆ ਜੀ, ਤਾਂ ਉਹਨਾਂ ਨੇ ਮਤਲਬ ਇਹ ਸਾਡੀ ਅਗਰ ਇਹਨਾਂ ਨੂੰ ਕੋਈ ਮਿਲਿਆ ਤਾਂ ਮੇਰੀ ਚਰਚਾ ਜ਼ਰੂਰ ਕਰਨੀ, ਨਹੀਂ ਤਾਂ ਇਹਨਾਂ ਨਾਲ। ਸੋ ਇਹੀ ਦੋਸਤੀ ਨੂੰ ਲੈ ਕੇ ਫਿਰ ਗਰੇਵਾਲ ਸਾਹਿਬ ਉਹਨਾਂ ਨੇ, ਕਿਉਂਕਿ ਜਦੋਂ ਸਾਡਾ ਕੋਈ ਸੀਨ ਹੁੰਦਾ ਸੀ ਸੀਰੀਅਲ ਦੇ ਵਿੱਚ ਤਾਂ ਸਕ੍ਰਿਪਟ ਸਾਨੂੰ ਦਿੱਤੀ ਜਾਂਦੀ ਸੀ, ਸੋ ਅਸੀਂ ਬੈਠ ਕੇ ਰਿਹਰਸਲ ਕਰਨੀ ਪਈ ਸਾਡੇ, ਅਸੀਂ ਡਾਇਰੈਕਟਰ ਸਾਹਿਬ ਨਾਲ ਗੱਲਬਾਤ ਕਰਨੀ ਵੀ ਸਾਡੇ ਕਰੈਕਟਰ ਬਾਰੇ ਥੋੜਾ ਜਿਹਾ ਹੋਰ ਦੱਸੋ,
ਸੋ ਉਹੀ ਚੀਜ਼ ਨੂੰ ਲੈ ਕੇ ਫਿਰ ਗਰੇਵਾਲ ਸਾਹਿਬ ਹੋਣਾ ਸਾਨੂੰ ਅੱਗੇ ਫਿਲਮ ਦੇ ਵਿੱਚ ਵੀ ਚਾਂਸ ਦਿੱਤਾ ਜਿਹਦੇ ਵਿੱਚ ਅਸੀਂ ਬਹੁਤ ਹੀ ਅੱਛੇ ਦੋਸਤ ਦਿਖਾਏ ਗਏ ਜੀ। ਸੋ ਇਸ ਤਰ੍ਹਾਂ ਇਹ ਚੱਲਦਾ ਰਿਹਾ ਸਾਡਾ, ਜਿਹੜੀ ਰੀਅਲ ਲਾਈਫ ਦੀ ਦੋਸਤੀ ਸੀ ਉਹ ਰੀਅਲ ਲਾਈਫ ਦੇ ਵਿੱਚ ਆ ਗਈ ਹੈ। ਅਗਰ ਅਸੀਂ ਦੋਸਤੀ ਦੀ ਗੱਲ ਕਰੀਏ ਹੁਣ ਦੀ ਜੀ, ਸੋ ਇਹ ਸੀਰੀਅਲ ਤੋਂ ਹੋਈ ਮੁਲਾਕਾਤ ਮਤਲਬ ਜਿਹੜੀ ਸੀ ਸਾਡੀ ਹੁਣ ਇੰਨੀ ਅੱਛੀ ਦੋਸਤੀ ਆ, ਦੋਸਤੀ ਤਾਂ ਹੈ ਹੀ ਭਰਾਵਾਂ ਵਾਂਗੂ, ਮਤਲਬ ਜੇ ਕਹਿ ਲਈਏ ਖੂਨ ਚ ਵਸ ਗਈ ਉਹ ਹੱਡਾਂ ਚ ਰਚ ਗਈ। ਅਸੀਂ ਬੇਸ਼ੱਕ ਨਵਦੀਪ ਧੂਰੀ ਵੀ ਆ ਜਾਂ ਮੈਂ ਪਟਿਆਲੇ ਆ, ਤਾਂ ਫਿਰ ਵੀ ਅਸੀਂ ਸਾਡੀ ਫੋਨ ਤੇ ਨਹੀਂ ਤਾਂ ਮੇਰਾ ਖਿਆਲ ਜਦੋਂ ਇੱਥੇ ਹੁੰਦਾ ਤਾਂ ਸਾਡੀ ਲਗਭਗ ਸਾਰਾ ਟਾਈਮ ਅਸੀਂ ਇਕੱਠੇ ਹੀ ਹੁੰਦੇ ਹਾਂ, ਜਾਂਦਾ ਨਹੀਂ ਵੀ ਦੋ ਟਾਈਮ ਅਸੀਂ ਗੱਲ ਨਾ ਕਰੀ। ਬਿਲਕੁਲ ਜੀ। ਸੋ ਅਕਸਰ ਤੁਹਾਡੇ ਵਰਗੇ ਜਿਹੜੇ ਸਿਆਣੇ ਸੱਜਣ ਸੁਹਿਰਦ ਸੱਜਣ ਆਉਂਦੇ ਨੇ ਕਿਸੇ ਲਾਈਨ ਦੇ ਮਾਹਰ, ਉਹਨਾਂ ਤੋਂ ਸੁਣਦੇ ਆ ਕਿ ਜਦੋਂ ਬੰਦਾ ਕਿਸੇ ਕਰੈਕਟਰ ਚ ਇੰਨਾ ਪਰਪੱਕ ਹੋ ਜਾਂਦਾ, ਇੰਨਾ ਉਹਦੇ ਵਿੱਚ ਰਚ ਮਿਚ ਜਾਂਦਾ, ਇੰਨਾ ਗੜਚ ਹੋ ਜਾਂਦਾ ਪੰਜਾਬੀ ਚ ਕਹਿੰਦੇ, ਹਨਾ, ਗੁੰਨਿਆ ਜਾਂਦਾ, ਤਾਂ ਉਹਦੇ ਜਦੋਂ ਕਰੈਕਟਰ ਨਾਲ ਆਵਾਜ਼ ਦਿੰਦੇ ਆ ਲੋਕ ਉਹਨੂੰ, ਜਿੱਦਾਂ ਕਹਿੰਦੇ ਵੀ ਜਗਤਾਰ ਆ ਗਿਆ ਜਾਂ ਕਹਿੰਦੇ ਆ ਕਰਨੈਲ ਆ ਗਿਆ, ਤਾਂ ਉਹ ਇੱਕ ਨਾ ਸੱਚੀ ਉਹ ਹੁੰਦੀ ਆ ਅਦਾਕਾਰੀ ਉਹਨੂੰ ਕਹਿੰਦੇ ਆ ਅਸਲ ਚ, ਵੀ ਜਿਹੜੇ ਕਰੈਕਟਰ ਦੇ ਤੌਰ ਤੇ ਬੰਦੇ ਜਾਣੇ ਜਾਂਦੇ। ਬਿਲਕੁਲ ਬਿਲਕੁਲ ਜੀ, ਤੇ ਇਹੀ ਤੁਹਾਨੂੰ ਮਿਲ ਰਿਹਾ ਜੀ, ਇਹੀ ਤੁਹਾਡਾ ਪਿਆਰ ਕਰੈਕਟਰ ਦਾ। ਦੇਖੋ ਜੇ ਅਸੀਂ ਕਰੈਕਟਰ ਦੀ ਗੱਲ ਕਰੀਏ, ਜਿਹੜਾ ਸਾਡਾ ਨਵਦੀਪ ਔਰ ਮੇਰਾ ਕਰੈਕਟਰ ਸੀ ਉਹ ਨੈਗੇਟਿਵ ਸੀ ਜੀ, ਤੇ ਉਹ ਕਰੈਕਟਰ ਐਸਾ ਸੀ ਕਿ ਜਿਹੜੇ ਲੋਕ ਦਰਸ਼ਕ ਦੇਖਦੇ ਸੀ ਉਹਨਾਂ ਨੂੰ ਇਹ ਲੱਗਦਾ ਸੀ ਵੀ ਯਾਰ ਵੀ ਮਤਲਬ ਕਿ ਮਾਫ ਕਰਨਾ, ਮੂੰਹ ਚੋਂ ਗਾਲ ਹੀ ਨਿਕਲਦੀ ਸੀ, ਕਿਉਂਕਿ ਉਹਦਾ ਮਤਲਬ ਕੀ ਆ ਕਿ ਇਹ ਕਰੈਕਟਰ ਵਾਕਈ ਹੀ ਅੱਛਾ ਨਿਭਾ ਰਹੇ ਨੇ, ਸੋ ਸਾਨੂੰ ਬੜੀ ਖੁਸ਼ੀ ਹੁੰਦੀ ਆ। ਸੋ ਇਸ ਸੀਰੀਅਲ ਦੀਆਂ ਕੁਝ ਖੱਟੀਆਂ ਮਿੱਠੀਆਂ ਯਾਦਾਂ ਹੁੰਦੀਆਂ ਨੇ ਜਿਹੜੀਆਂ ਕਦੀ ਨੀ ਭੁੱਲਦੀਆਂ, ਬਿਲਕੁਲ, ਉਹਨਾਂ ਚ ਕੁਝ ਚੰਗੀਆਂ ਤੇ ਕੁਝ ਨਾ ਚੰਗੀਆਂ ਕਹਿ ਲਈਏ, ਕੁਝ ਦੁਰਘਟਨਾਵਾਂ ਟਾਈਪ ਵੀ ਸ਼ੂਟਿੰਗ ਦੀ ਅਕਸਰ ਮਾਫ ਹੋ ਜਾਂਦੀਆਂ ਨੇ ਜੀ, ਉਹਨਾਂ ਦਾ ਤੁਸੀਂ ਕੀ ਜ਼ਿਕਰ ਕਰਨਾ ਚਾਹੋਗੇ? ਪਹਿਲਾਂ ਅਖਲੇਸ਼ ਸਾਹਿਬ ਤੁਸੀਂ ਦੱਸੋ। ਚਲੋ ਪਹਿਲਾਂ ਮੈਂ ਇੱਕ ਥੋੜੀ ਜਿਹੀ ਮਾੜੀ ਘਟਨਾ ਦੱਸ ਦਿੰਦਾ, ਉਦੋਂ ਬਾਅਦ ਚੰਗੀ ਗੱਲ ਦੱਸ ਦਾਂਗੇ ਜੀ। ਘਟਨਾ ਇਹ ਜੀ, ਅਸੀਂ ਸ਼ੂਟ ਕਰ ਰਹੇ ਸੀਗੇ, ਸਾਡਾ ਇੱਧਰ ਆਊਟਡੋਰ ਸ਼ੂਟ ਸੀਗਾ, ਤੇ ਸਾਰਾ ਸੈੱਟ ਲੱਗਿਆ ਹੋਇਆ ਜੀ, ਅਸੀਂ ਮੈਂ ਗਰੇਵਾਲ ਸਾਹਿਬ ਦੇ ਨਾਲ ਬੈਠਾ ਸੀਗਾ, ਸ਼ਾਰਟ ਸੀਗਾ ਦੂਸਰੇ ਮੁੰਡੇ ਦਾ ਵਿਕਰਮ ਦਾ ਜੀ, ਤੇ ਕਰੇਨ ਲੱਗੀ ਹੋਈ ਹੈ ਜੀ, ਨਾਲ ਹੀ ਮਨਪ੍ਰੀਤ ਮੈਡਮ ਬੈਠੇ ਨੇ, ਸਾਡੀ ਐਕਟਰੈਸ ਸੀਗੀ ਵੰਦਨਾ ਉਹ ਵੀ ਬੈਠੀ ਹੈ, ਸੰਜੀਵ ਵੀ ਸੀ ਉੱਥੇ ਸੀ ਮੈਂ, ਤੇ ਹੋਇਆ ਕਿ ਕਰੇਨ ਦਾ ਸ਼ਾਰਟ ਲੈ ਰਹੇ ਸੀਗੇ, ਕਾਰ ਉਹਨੇ ਕਿਤੇ ਅੱਗੇ ਰੋਕਤੀ ਲਿਆ ਕੇ ਥੋੜੀ ਮਾਰਕ ਤੋਂ ਜੀ, ਸਰ ਉੱਠ ਕੇ ਚਲੇ ਗਏ ਉੱਥੋਂ, ਕਹਿੰਦੇ ਵੀ ਮੈਂ ਦੱਸ ਦਾਂਗੇ ਜੀ, ਸਰ ਉੱਠ ਕੇ ਹਜੇ ਗਏ ਨੇ, ਸਡਨਲੀ ਕੁਛ ਐਸਾ ਹੋਇਆ ਕਰੇਨ ਯਾਨੀ ਕਿ ਬ੍ਰੇਕ ਆਊਟ ਹੋ ਗਿਆ ਕੁਛ, ਉਹਦਾ ਟੁੱਟਿਆ, ਪਤਾ ਹੀ ਨੀ ਲੱਗਿਆ ਕੀ ਹੋਇਆ ਵੀ ਉਹ ਟੁੱਟ ਕੇ ਗਿਰ ਗਈ ਜੀ, ਸਾਡਾ ਕੈਮਰਾਮੈਨ ਸੀ ਨਾਲ ਉਹਦਾ ਅਟੈਂਡੈਂਟ ਸੀਗਾ ਉੱਪਰੋਂ ਗਿਰ ਗਏ, ਉਹ ਕੈਮਰਾ ਬਚ ਗਿਆ ਸਾਡਾ, ਚਲੋ ਸੇਫ ਹੋਇਆ, ਉਹਦਾ ਟਰਾਈਪੋਡ ਵਗੈਰਾ ਟੁੱਟ ਗਿਆ, ਸਾਡਾ ਮੋਨੀਟਰ ਯਾਨੀ ਕਿ ਬਚਤ ਰਹਿ ਗਈ ਜੀ, ਸਰ ਜੇ ਉੱਥੋਂ ਨਾ ਉੱਠਦੇ ਤਾਂ ਉਹ ਕਰੇਨ ਸਰ ਦੇ ਯਾਨੀ ਕਿ ਬਿਲਕੁਲ ਬਚ ਸਕਦੀ ਸੀਗੀ, ਤੇ ਬਹੁਤ ਜ਼ਿਆਦਾ ਉਹ ਨੁਕਸਾਨ ਹੋ ਜਾਂਦਾ, ਮਤਲਬ ਉਹ ਸਾਡੀ ਇੱਕ ਬਸ ਐਸੀ ਮਾੜੀ ਘਟਨਾ, ਬਾਕੀ ਕੋਈ ਨੀ ਸੀਗੀਆਂ, ਬਾਕੀ ਸਾਰੀਆਂ ਮਿੱਠੀਆਂ ਯਾਦਾਂ ਨੇ, ਤੇ ਉਹ ਪਰ ਪਰਮਾਤਮਾ ਦੀ ਕਿਰਪਾ ਨਾਲ ਸਾਡਾ। ਹਾਂ ਸੰਜੀਵ ਭਾਈ ਜੀ, ਤੁਸੀਂ ਫਿਰ ਇਸ ਸਮੇਂ ਦੌਰਾਨ ਮਿੱਠੀ ਜੀ ਘਟਨਾ ਤੁਸੀਂ ਦੱਸੋ ਕੋਈ। ਦੇਖੋ ਸੀਰੀਅਲ ਦੀ ਸਾਡੀਆਂ ਬਹੁਤ ਸਾਰੀਆਂ ਯਾਦਾਂ ਨੇ ਜੀ, ਪਹਿਲਾਂ ਤਾਂ ਮੈਂ ਇਹੀ ਦੱਸਦਾ ਕਿ ਸਾਡਾ ਜਿਹੜੇ ਡਾਇਰੈਕਟਰ ਸਾਹਿਬ ਨੇ ਗੁਰਬੀਰ ਗਰੇਵਾਲ ਜੀ ਸੀ, ਸੋ ਉਹਨਾਂ ਦਾ ਪੂਰੀ ਫੈਮਿਲੀ ਸਾਡੇ ਇਸ ਸੀਰੀਅਲ ਦੇ ਨਾਲ, ਮਤਲਬ ਉਹਨਾਂ ਦਾ ਪੂਰਾ ਪਰਿਵਾਰ ਜੀ, ਔਰ ਜਿੰਨੇ ਸਾਡੇ ਕਲਾਕਾਰ ਸੀ ਉਹ ਸਾਰਿਆਂ ਨਾਲ ਇੱਕ ਪਰਿਵਾਰ ਦੀ ਤਰ੍ਹਾਂ ਹੀ ਅਸੀਂ ਰਹਿੰਦੇ ਸੀਗੇ ਜੀ, ਮਤਲਬ ਸਾਨੂੰ ਤਾਂ ਬਹੁਤ ਹੀ ਬੱਚੇ ਵਾਂਗੂ ਪਿਆਰ ਕਰਦੇ ਨੇ ਜੀ, ਸੋ ਬਹੁਤ ਸਾਰੀਆਂ ਯਾਦਾਂ ਨੇ। ਸੋ ਇੱਕ ਯਾਦ ਤਾਂ ਇਹ ਹੈ ਕਿ ਇੱਕ ਵਾਰ ਸਾਡਾ ਸ਼ੂਟ ਚੱਲ ਰਿਹਾ ਔਰ ਨਵਦੀਪ ਔਰ ਮੇਰਾ ਦੋਨਾਂ ਦਾ ਸੀਨ ਸੀ, ਸੋ ਗਰੇਵਾਲ ਸਾਹਿਬ ਕਹਿੰਦੇ ਵੀ ਇਹ ਜਿਹੜਾ ਸੀਨ ਆ ਬਹੁਤ ਹੀ ਇੰਪੋਰਟੈਂਟ ਆ ਔਰ ਤੁਸੀਂ ਪੂਰਾ ਮਤਲਬ ਖੁੱਬ ਕੇ ਮਤਲਬ ਇਹਨੂੰ ਕਰੋ। ਸੋ ਮੈਂ ਨਵਦੀਪ ਦੀ ਗੱਲ ਕਰ ਰਿਹਾ ਕਿ ਇਹ ਥੋੜਾ ਜਿਹਾ ਜ਼ਿਆਦਾ ਹੀ ਖੁੱਬ ਗਿਆ ਉਹਦੇ ਵਿੱਚ, ਹੋਇਆ ਇਹ ਕਿ ਜਦੋਂ ਡਾਇਲੋਗ ਚੱਲ ਰਹੇ ਨੇ ਤੇ ਇਹ ਉਸ ਮਤਲਬ ਸੀਨ ਦੇ ਵਿੱਚ ਇੰਨਾ ਜ਼ਿਆਦਾ ਖੁੱਬ ਗਿਆ ਸੀ ਕਿ ਇਹਨੇ ਵਿੱਚ ਗਾਲ ਕੱਢਤੀ ਜੀ, ਜਿਹੜੀ ਪੰਜਾਬੀ ਨੇ ਆਪਣੀ ਜ਼ਬਾਨ ਤੇ ਹੁੰਦੀ ਆ, ਗਾਲ ਕੱਢਤੀ ਔਰ ਇਹਨੂੰ ਨੀ ਪਤਾ ਲੱਗਿਆ ਹੈ ਵੀ ਮੈਂ ਕੀ ਕਹਿ ਗਿਆ। ਗਰੇਵਾਲ ਕਰਨਾ ਤੇ ਉਹ ਗਰੇਵਾਲ ਸਾਹਿਬ ਨੇ ਕੱਟ ਨੀ ਕੀਤਾ, ਉਹ ਕਹਿੰਦੇ ਸੁਣੀ ਚੱਲੋ ਇਹਨੂੰ, ਜਦੋਂ ਸੀਨ ਪੂਰਾ ਹੋਇਆ ਕਹਿੰਦੇ ਰੋਕੋ ਨਵਦੀਪ ਤੇ ਗਲਤੀ ਹੋਈ ਆ, ਇਹ ਕਹਿੰਦੇ ਸਰ ਮੈਂ ਪੂਰਾ ਡਾਇਲੋਗ ਬੋਲਿਆ, ਮੇਰੇ ਤੇ ਕੋਈ ਗਲਤੀ ਨਹੀਂ, ਮੈਂ ਪੂਰਾ ਤਸੱਲੀ ਨਾ ਕੀਤਾ, ਕਹਿੰਦੇ ਨਹੀਂ ਗਲਤੀ ਹੋਈ, ਉਹਨਾਂ ਨੇ ਜੀ ਬੈਕ ਕੀਤਾ ਰੀਲ ਨੂੰ ਔਰ ਇਹਨੂੰ ਜਿਹੜਾ ਸ਼ਾਰਟ ਸੀ ਉਹ ਦਿਖਾਇਆ ਔਰ ਸਿੱਧੀ ਠੋਕ ਕੇ ਪੰਜਾਬੀਆਂ ਵਾਲੀ ਗਾਲ ਸੀ, ਭਾਈ ਖੁਦ ਹੈਰਾਨ ਰਹਿ ਗਿਆ, ਕਹਿੰਦਾ ਸਰ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਿਆ। ਸੋ ਅਸੀਂ ਇੰਨਾ ਜ਼ਿਆਦਾ ਹੱਸੇ ਕਿ ਇੰਨੇ ਜ਼ਿਆਦਾ, ਕਈ ਵਾਰ ਇੰਨਾ ਜ਼ਿਆਦਾ ਵੀ ਖੁੱਬ ਜਾਣਾ ਸਾਨੂੰ ਪਤਾ ਹੀ ਨਹੀਂ ਲੱਗਦਾ ਹੈ ਜੀ। ਇਸ ਤਰ੍ਹਾਂ ਹੋਰ ਬਹੁਤ ਸਾਰੀਆਂ ਨੇ ਜੀ
ਸੋ ਭਾਜੀ ਬਹੁਤ ਸਾਰੇ ਸੀਰੀਅਲ ਹੁੰਦੇ ਨੇ, ਬਹੁਤ ਸਾਰੀਆਂ ਫਿਲਮਾਂ ਹੁੰਦੀਆਂ ਨੇ ਜਿਹੜੀਆਂ ਹਿੱਟ ਹੋ ਜਾਂਦੀਆਂ ਨੇ, ਪਰ ਕਈ ਕਿੱਦਾਂ ਹੁੰਦੀਆਂ ਨੇ ਕਿ ਜ਼ਿਆਦਾ ਹਿੱਟ ਹੁੰਦੀਆਂ ਨੇ, ਜਾਂ ਕਹਿ ਲਈਏ ਕਿ ਬਹੁਤ ਲੋਕਾਂ ਦੇ ਨੇੜੇ ਹੁੰਦੀਆਂ ਨੇ, ਉਹਨਾਂ ਵਿੱਚੋਂ ਇੱਕ ਸੀਰੀਅਲ ਆਪਾਂ ਕਹਿ ਸਕਦੇ ਹਾਂ ਅੱਖੀਆਂ ਤੋਂ ਦੂਰ ਜਾਈਨਾ। ਬਿਲਕੁਲ ਜੀ। ਸੋ ਇਹਦਾ ਮੈਂ ਚਾਹੁੰਦਾ ਕਿ ਨਾ ਹੋਣਾ ਚਾਹੁੰਦਾ ਸੀ ਦਿਲ ਤੋਂ ਦੂਰ ਜਾਈਨਾ। ਇਹਦੇ ਤੁਸੀਂ ਨਵਦੀਪ ਕਲੇਰ ਜੀ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ, ਇਹਦੀ ਕੀ ਖਾਸੀਅਤ ਹੈ ਇਸ ਸੀਰੀਅਲ ਦਾ ਇੰਨਾ ਪਾਪੂਲਰ ਹੋਣ ਦਾ, ਕੀ ਕਾਰਨ ਸਮਝਦੇ ਹੋ? ਇਹਦਾ ਜੀ ਸਭ ਤੋਂ ਵੱਡਾ ਕਾਰਨ ਤਾਂ ਮੇਰੇ ਹਿਸਾਬ ਨਾਲ ਤਾਂ ਇਹੀ ਹੈ ਵੀ ਇਹ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ ਹੋਇਆ, ਉਹਦੀ ਬੋਲੀ ਦੇ ਨਾਲ ਜੁੜਿਆ ਹੋਇਆ, ਉਹਦੀ ਜਿਹੜੀ ਠੇਠ ਭਾਸ਼ਾ ਗੀ ਪੰਜਾਬ ਦੀ, ਪੰਜਾਬੀ ਆਪਣੀ ਜਿਹਨੂੰ ਕਹਿੰਦੇ ਆ ਪਿਓਰ, ਉਹਦੇ ਨਾਲ ਜੁੜਿਆ ਹੈਗਾ। ਤੇ ਉਸ ਤੋਂ ਵਧੀਆ ਗੱਲ ਇਹ ਹੈ ਵੀ ਜੋ ਗਰੇਵਾਲ ਸਾਹਿਬ ਨੇ, ਗੁਰਵੀਰ ਗਰੇਵਾਲ ਜੀ ਨੇ ਇਸ ਸੀਰੀਅਲ ਦੀ ਸਟੋਰੀ ਜੋ ਇਹਦੀ ਕਹਾਣੀ ਸੀਗੀ ਉਹ ਆਮ ਆਪਣੇ ਪੰਜਾਬ ਦੇ ਵਿੱਚ ਜੋ ਹੋ ਰਿਹਾ ਅੱਜ ਕੱਲ ਉਹਨੂੰ ਮੁੱਖ ਰੱਖ ਕੇ ਲਿਖੀ ਹੋਈ ਸੀ। ਤੇ ਇਹਦੇ ਜਿੰਨੇ ਵੀ ਪਾਤਰ ਸੀ ਉਸ ਮਤਲਬ ਹਰ ਮਤਲਬ ਜਿੰਨੇ ਵੀ ਐਕਟਰਾਂ ਨੇ ਇਹਦੇ ਵਿੱਚ ਕੰਮ ਕੀਤਾ, ਅਦਾਕਾਰਾਂ ਨੇ, ਉਹ ਪਾਤਰਾਂ ਦੇ ਵਿੱਚ ਪੂਰਾ ਖੁੱਭ ਕੇ ਕੀਤਾ, ਢੁਕਵਾਂ ਕਰੈਕਟਰ ਸੀ ਸਭ ਦਾ। ਜੋ ਗਰੇਵਾਲ ਸਾਹਿਬ ਦੀ ਇੱਕ ਖਾਸੀਅਤ ਇਹ ਹੈਗੀ ਵੀ ਉਹ ਜਿਸ ਵੀ ਚੀਜ਼ ਦੇ ਲਈ ਜਿਹੜੇ ਬੰਦਾ ਚੂਜ਼ ਕਰਦੇ ਨੇ ਮਤਲਬ ਉਹ ਪਰਫੈਕਟ ਹੀ ਹੁੰਦਾ ਇੱਕ ਤਰ੍ਹਾਂ ਦਾ, ਉਹਨਾਂ ਦੀ ਜਿਵੇਂ ਕਹਿ ਦਈਏ ਪਾਰਖੂ ਅੱਖ ਹੁੰਦੀ ਹੈ। ਇਸ ਸੀਰੀਅਲ ਦੇ ਸਾਰੇ ਪਾਤਰ ਪੰਜਾਬੀ ਮਿੱਟੀ ਦੇ ਨਾਲ ਜੁੜੇ ਹੋਏ ਸੀ ਤੇ ਉਹਨਾਂ ਦੀ ਭਾਸ਼ਾ ਲੋਕਾਂ ਨੂੰ ਬਹੁਤ ਪਸੰਦ ਆਈ ਹੈ, ਜੋ ਆਪਾਂ ਕਹਿ ਦਈਏ ਠੇਠ ਪੰਜਾਬੀ ਬੋਲਦੇ ਸੀ। ਇੱਕ ਜੋਗਾ ਜੀ ਦਾ ਸਭ ਤੋਂ ਸਾਡੇ ਜਿਹੜਾ ਸੀਰੀਅਲ ਦਾ ਪਸੰਦ ਦਰਸ਼ਕਾਂ ਦਾ ਕਰਨਾ, ਉਹਦਾ ਇੱਕ ਬਹੁਤ ਵੱਡਾ ਇਹ ਵੀ ਕਾਰਨ ਆ ਕਿ ਜਿਹੜਾ ਸੀਰੀਅਲ ਸੀ ਸਾਡਾ ਪੰਜਾਬੀ ਸੀਰੀਅਲ ਆ, ਪੰਜਾਬ ਦੇ ਵਿੱਚ ਹੀ ਫਿਲਮਾਇਆ ਗਿਆ, ਖਾਸ ਕਰਕੇ ਜਿਹੜਾ ਸਾਰਾ ਸੀਨ ਸੀ ਅਸੀਂ ਸ਼ੂਟ ਕੀਤਾ ਪਟਿਆਲੇ ਦੇ ਵਿੱਚ ਹੀ। ਔਰ ਅਸੀਂ ਜਿਹੜਾ ਕਲਚਰ ਆ ਉਹ ਪੇਂਡੂ ਜਿਹੜਾ ਠੇਠ ਜਿਨ੍ਹਾਂ ਨੂੰ ਲੋਕੀ ਭੁੱਲ ਚੁੱਕੇ ਨੇ, ਕਿਉਂਕਿ ਸਾਨੂੰ ਜਿਹੜੇ ਸਾਡੇ ਬਾਹਰ ਕੈਨੇਡਾ ਵਗੈਰਾ ਦਰਸ਼ਕ ਬੈਠੇ ਨੇ ਉਧਰ ਦੇਖਦੇ ਰਹੇ ਨੇ ਸੀਰੀਅਲ, ਉਹ ਸਾਨੂੰ ਇਹ ਕਹਿੰਦੇ ਸੀ ਵੀ ਯਾਰ ਜੋ ਤੁਸੀਂ ਟੀਵੀ 'ਚ ਦਿਖਾ ਦੇਣਾ ਨਾ ਇਹ ਕੁੱਪ ਗੁਹਾਰੇ ਜਿਨ੍ਹਾਂ ਨੂੰ ਲੋਕੀ ਭੁੱਲ ਚੁੱਕੇ ਨੇ, ਤਾਂ ਸਾਨੂੰ ਇਹ ਲੱਗਦਾ ਵੀ ਜਿਵੇਂ ਅਸੀਂ ਆਪਣੇ ਪੰਜਾਬ ਦੇ ਵਿੱਚ ਅਸੀਂ ਆਪਣੇ ਪਿੰਡ ਪਹੁੰਚ ਗਏ ਹੁੰਦੇ ਹਾਂ। ਸੋ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਸੀ ਕਿ ਸਾਡੀ ਜਿਹੜੀ ਭਾਸ਼ਾ ਪੰਜਾਬੀ ਠੇਠ ਜਿਹਨੂੰ ਲੋਕੀ ਅੱਜ ਸਾਰੇ ਲੋਕੀ ਪਸੰਦ ਕਰਦੇ ਨੇ, ਅਗਰ ਅਸੀਂ ਭਾਸ਼ਾ ਦੀ ਗੱਲ ਕਰੀਏ ਮੈਂ ਤਾਂ ਇਹ ਕਹੂੰਗਾ ਵੀ ਜਿਹੜੇ ਪੰਜਾਬੀ ਫਿਲਮਾਂ ਸੀਰੀਅਲ ਦੇ ਵਿੱਚ ਜਿਹੜੇ ਕਲਾਕਾਰ ਹਿੱਟ ਨੇ ਜਿਨ੍ਹਾਂ ਨੂੰ ਮਤਲਬ ਪੂਰਾ ਨਾਂ ਇਸ ਇੰਡਸਟਰੀ ਦੇ ਵਿੱਚ, ਉਹ ਉਹਨਾਂ ਦੀ ਭਾਸ਼ਾ ਕਰਕੇ ਆ, ਕਿਉਂਕਿ ਸ਼ੁੱਧ ਪੰਜਾਬੀ ਠੇਠ ਭਾਸ਼ਾ ਉਹਨਾਂ ਦੀ ਹੈ ਜੀ। ਸੋ ਇਹ ਵੀ ਇੱਕ ਬਹੁਤ ਵੱਡਾ ਕਾਰਨ ਸੀ, ਸਾਡਾ ਲੋਕੇਸ਼ਨਾਂ ਸਾਰੀਆਂ ਪੰਜਾਬ ਦੇ ਵਿੱਚ ਦੇਸੀ ਪੇਂਡੂ ਸੀਗੀਆਂ ਜੀ, ਸੋ ਉਹ ਵੀ ਦਰਸ਼ਕਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਉਹ ਪਸੰਦ ਆਈਆਂ ਨੇ ਜੀ। ਚਲੋ ਆਪਾਂ ਹੁਣ ਅੱਖੀਆਂ ਤੋਂ ਦੂਰ ਜਾਈਨਾ ਸੀਰੀਅਲ ਦੀ ਗੱਲ ਹੋ ਗਈ, ਇਸ ਤੋਂ ਬਾਅਦ ਤੁਹਾਡਾ ਕੀ ਫਿਊਚਰ ਪਲਾਨ, ਅੱਗੇ ਕੀ ਕਰਨਾ ਚਾਹੁੰਦੇ ਹੋ? ਮੈਂ ਦੱਸਣਾ ਚਾਹੂੰਗਾ ਜੀ ਜਿੰਨੇ ਆਪਣੇ ਹਰਮਨ ਰੇਡੀਓ ਸੁਣਨ ਵਾਲੇ ਦਰਸ਼ਕ ਨੇ ਕਿ ਬਹੁਤ ਹੀ ਜਲਦੀ ਅਸੀਂ ਗੁਰਵੀਰ ਗਰੇਵਾਲ ਜੀ ਦੀ ਫਿਲਮ ਆ ਰਹੀ ਹੈ ਉਹਦੇ ਵਿੱਚ ਤੁਹਾਨੂੰ ਇਕੱਠੇ ਦੇਖਾਂਗੇ, ਜਿਹਦਾ ਨਾਂ ਹੈ ਯਾਰ ਪਰਦੇਸੀ ਜੀ। ਇਹ ਪੰਜਾਬ ਦੀ ਧਰਤੀ ਦੇ ਨਾਲ ਜੁੜੀ ਹੋਈ ਫਿਲਮ ਹੈ ਜੀ, ਤੇ ਉਸੇ ਤਰ੍ਹਾਂ ਹੀ ਇੱਕ ਵਧੀਆ ਕਹਾਣੀ ਹੈ ਜਿਸ ਤਰ੍ਹਾਂ ਕਿ ਸੀਰੀਅਲ ਦੀ ਸਾਡੀ ਅੱਖੀਆਂ ਤੋਂ ਦੂਰ ਜਾਣ ਦੀ ਸੀਗੀ। ਸਾਨੂੰ ਪੂਰੀ ਉਮੀਦ ਹੈ ਸਾਡੀ ਪੂਰੀ ਟੀਮ ਨੂੰ ਕਿ ਲੋਕੀ ਇਸ ਨੂੰ ਬਹੁਤ ਪਸੰਦ ਕਰਨਗੇ ਜੀ, ਤੇ ਇਸ ਫਿਲਮ ਦੇ ਵਿੱਚ ਅਸੀਂ ਦੋਨੋਂ ਇਕੱਠੇ ਯਾਰ ਦੋਸਤ ਦਿਖਾਏ ਗਏ ਹਾਂ ਜੀ। ਇੱਕ ਪਰਿਵਾਰਕ ਫਿਲਮ ਹੈ, ਇੰਟਰਟੇਨਿੰਗ ਫਿਲਮ ਹੈ, ਯਾਨੀ ਕਿ ਕੋਈ ਵੀ ਬੰਦਾ ਦੇਖੂਗਾ ਤਾਂ ਨਿਰਾਸ਼ ਨਹੀਂ ਹੋਊਗਾ। ਸੰਜੀਵ ਰਾਏ ਜੀ, ਕਦ ਤੱਕ ਫਿਰ ਫਿਲਮ ਜਿਹੜੀ ਸੈੱਟ ਜਾ ਰਹੀ ਹੈ? ਦੇਖੋ ਫਿਲਮ ਤਾਂ ਸਾਡੀ ਕੰਪਲੀਟ ਹੋ ਚੁੱਕੀ ਆ ਜੀ, ਸੋ ਆਸ ਕਰਦੇ ਹਾਂ ਕਿ ਅਸੀਂ ਇਹ 20 ਜੁਲਾਈ ਨੂੰ ਰਿਲੀਜ਼ ਹੋਏਗੀ ਸਾਡੀ ਫੀਚਰ ਫਿਲਮ ਯਾਰ ਪਰਦੇਸੀ ਜੀ। ਹਾਂਜੀ, ਇਹਦੀ ਡੇਟ ਤੈਅ ਹੋ ਚੁੱਕੀ ਹੈ ਜੀ, 20 ਜੁਲਾਈ ਨੂੰ ਰਿਲੀਜ਼ ਹੋਣੀ ਹੈ ਫਿਲਮ। ਬਾਕੀ ਨਵਦੀਪ ਜੀ ਨੇ ਤੁਹਾਨੂੰ ਦੱਸਿਆ ਕਿ ਇਸ ਫਿਲਮ ਦੇ ਵਿੱਚ ਜਿਹੜੇ ਅਸੀਂ ਫਿਲਮਾਂ ਉਹ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਦੀ ਪਸੰਦ ਨੂੰ ਮੁੱਖ ਰੱਖ ਕੇ ਬਣਾਈ ਗਈ ਆ, ਕਿਉਂਕਿ ਉਹਦੇ ਵਿੱਚ ਜਿਹੜਾ ਅੱਜ ਕੱਲ ਦਾ ਦੌਰ ਚੱਲ ਰਿਹਾ ਫਿਲਮ ਦੇ ਵਿੱਚ ਅੱਛੇ ਗਾਣੇ ਹੋਣੇ ਬਹੁਤ ਜ਼ਰੂਰੀ ਨੇ ਜੀ, ਹੈ ਨਾ, ਤੇ ਫਿਲਮ ਦੀ ਸਟੋਰੀ ਹੋਣੀ ਵੀ ਜ਼ਰੂਰੀ। ਵੱਡੀ ਗੱਲ ਤਾਂ ਇਹੀ ਮੰਨਦਾ ਜੀ ਮੈਂ, ਇੱਕ ਵਧੀਆ ਕਹਾਣੀ ਹੋਣੀ, ਵਧੀਆ ਕਹਾਣੀ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਸਿਨੇਮਾ ਇੱਕ ਐਸੀ ਚੀਜ਼ ਹੈ ਜੋ ਲੋਕਾਂ ਨੂੰ ਸੇਧ ਦਿੰਦਾ ਹੈਗਾ, ਮਨੋਰੰਜਨ ਦੇ ਨਾਲ ਨਾਲ ਸੇਧ ਜ਼ਰੂਰ ਦਿੰਦਾ, ਉਹਦਾ ਇੰਪੈਕਟ ਜ਼ਰੂਰ ਪੈਂਦਾ ਦਰਸ਼ਕਾਂ ਤੇ। ਇੱਕ ਸਾਡਾ ਫਰਜ਼ ਬਣਦਾ ਹੈਗਾ, ਪ੍ਰੋਡਿਊਸਰ ਡਾਇਰੈਕਟਰ ਦਾ ਵੀ ਫਰਜ਼ ਬਣਦਾ ਹੈਗਾ ਵੀ ਉਹ ਇੱਕ ਵਧੀਆ ਚੀਜ਼ ਲੋਕਾਂ ਦੀ ਲੈ ਕੇ ਆਉਣ, ਤੇ ਸਾਡੀ ਇਹ ਪੂਰੀ ਕੋਸ਼ਿਸ਼ ਹੈ ਵੀ ਇਹ ਇੱਕ ਵਧੀਆ ਪ੍ਰੋਡਕਟ ਬਣ ਕੇ ਤੁਹਾਡੇ ਸਾਹਮਣੇ ਆਊਗਾ ਤੇ ਲੋਕ ਇਹਨੂੰ ਪਸੰਦ ਕਰਨਗੇ। ਸੋ ਇਹਦੇ ਨਾਲ ਹੀ ਇੱਕ ਵਾਰ ਫਿਰ ਤੁਹਾਨੂੰ ਮੈਂ ਆਉਣਾ ਮੁਬਾਰਕ ਕਹਿੰਦਾ ਜੀ, ਤੁਹਾਡੇ ਨਾਲ ਨਦੀਪ ਕਲੇਰ ਸਾਹਿਬ ਤੁਹਾਡਾ ਆਉਣਾ ਮੁਬਾਰਕ, ਸੰਜੀਵ ਰਾਏ ਜੀ ਜੀ ਆਇਆਂ ਨੂੰ, ਤੇ ਨਾਲ ਹੀ ਮੈਂ ਸੋਮ ਸੋਤਾ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸੱਜਣਾ ਸਾਹਿਬ। ਸੋ ਬਹੁਤ ਬਹੁਤ ਸ਼ੁਕਰੀਆ। ਇਹਦੇ ਨਾਲ ਹੀ ਦੋਸਤੋ ਆਪਣੇ ਦੋਸਤ ਜਗਦੀਪ ਜੋਗਾ, ਨਵਦੀਪ ਕਲੇਰ ਤੇ ਸੰਜੀਵ ਰਾਏ ਨੂੰ ਦੋ ਇਜਾਜ਼ਤ, ਕੱਲ ਨੂੰ ਫਿਰ ਮਿਲਾਂਗੇ, ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਸਤੋ, ਸਤਿ ਸ਼੍ਰੀ ਅਕਾਲ, ਤੇ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।